ਚੋਰਿਆਂ ਨੇ ਕੀਮਤ ਇੰਨੀ ਲਾਤੀ ਇਹਨਾਂ ਦੀ, ਮੇਰੀ ਕਦੇ ਖਾਬ 'ਚ ਵੀ ਨਹੀਂ ਸੀਗਾ। 16 ਲੱਖ ਰੁਪਈਆ ਉੱਧਰਲਾ ਪਾਉਂਡ ਸੀ, ਡੋਲਰ ਸੀ, ਮੈਨੂੰ ਦਿਮਾਗ 'ਚੋਂ ਨਿਕਲ ਗਿਆ, ਇਸ ਵੇਲੇ ਦੱਸ ਰਿਹਾ ਪਾਉਂਡ ਵੀ ਹੋ ਸਕਦੇ ਡੋਲਰ ਵੀ ਹੋ ਸਕਦਾ। ਅਤੇ ਉਹ 16 ਲੱਖ ਲਾਇਆ ਅਤੇ ਇੱਧਰ ਮੈਂ ਪੁੱਛਿਆ ਵੀ ਕਿੰਨਾ ਬਣਦਾ ਵਾ ਇੰਡੀਆ ਦਾ, ਅਤੇ 7 ਕਰੋੜ ਬਣਦਾ ਭਾਅ ਜੀ। ਉਹ ਕਹਿੰਦਾ ਇੰਗਲਿਸ਼ 'ਚ ਤੇਰੇ ਕਬੂਤਰਾਂ ਦੇ ਨਾਂ ਲੈ ਰਹੇ ਆ ਵੀ ਕਬੂਤਰ ਤੇਰੇ ਵਰਲਡ 'ਚ ਫਸਟ ਆਉਣੇ ਆ। ਮੈਂ ਕਿਹਾ ਯਾਰ ਇੱਦਾਂ ਕਿੱਦਾਂ ਹੋ ਸਕਦਾ, ਇੰਨਾ ਕਬੂਤਰ ਆਇਆ 200-300 ਅਤੇ ਮੇਰਾ ਕਿੱਦਾਂ ਫਸਟ ਆਜੂਗਾ। ਉਹ ਕਹਿੰਦਾ ਜਦੋਂ ਅੱਖਾਂ ਚੈੱਕ ਹੋਣੀਆਂ ਫਿਰ ਦੇਖੀ। ਜਦੋਂ ਮੇਰੇ ਕਬੂਤਰਾਂ ਦੀਆਂ ਅੱਖਾਂ ਚੈੱਕ ਹੋਈਆਂ ਅਤੇ ਉਹ ਜੱਜ ਮੇਰੇ ਪੁਆਇੰਟ ਇੰਨੇ ਨੰਬਰ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਮੈਂ ਤਾਂ ਆਪ ਹੈਰਾਨ ਹੋ ਗਿਆ ਵੀ ਇਹ ਕਮਾਲ ਹੋ ਗਈ, ਕਮਾਲ ਹੋਈ ਜੀ। ਉਹਦੇ ਵਿੱਚ ਉਹ ਕਹਿੰਦੇ ਜੀ ਪੰਜਾਬ ਤੋਂ ਜਿਹੜੇ ਸਰਵਨ ਸਿੰਘ ਦੇ ਕਬੂਤਰ ਆ ਉਹਨਾਂ ਨੂੰ ਵਰਲਡ ਚੈਂਪੀਅਨ ਦਾ ਅਵਾਰਡ ਦਿੱਤਾ ਜਾਂਦਾ। ਸ਼ੌਂਕ 2 ਅੱਖਰਾਂ ਦਾ ਇੱਕ ਐਸਾ ਸ਼ਬਦ ਜਿਸ ਦਾ ਕੋਈ ਮੁੱਲ ਨਹੀਂ ਹੁੰਦਾ, ਅਤੇ ਸ਼ੌਂਕ ਕਦੋਂ ਅਤੇ ਕਿਸ ਚੀਜ਼ ਦਾ ਪੈ ਜਾਵੇ ਇਸ ਦਾ ਵੀ ਪਤਾ ਨਹੀਂ ਲੱਗਦਾ। ਇੱਦਾਂ ਦਾ ਹੀ ਸ਼ੌਂਕ ਇੱਕ ਜਲੰਧਰ ਦੇ ਸਰਦਾਰ ਸਰਵਨ ਸਿੰਘ ਨੇ ਜਿਨ੍ਹਾਂ ਨੂੰ 12 ਸਾਲ ਤੋਂ ਪਿਆ, ਅਤੇ ਹੁਣ ਉਹਨਾਂ ਦਾ ਸ਼ੌਂਕ ਇਸ ਕਦਰ ਬਦਲ ਚੁੱਕਿਆ ਕਿ ਉਹਨਾਂ ਨੂੰ ਇਸ ਦਾ ਜਨੂੰਨ ਹੈ। ਅਸੀਂ ਪਹਿਲਾਂ ਤੋਂ ਸਰਦਾਰ ਸਰਵਨ ਸਿੰਘ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ। ਪਹਿਲਾਂ ਤਾਂ ਬਹੁਤ ਥੈਂਕ ਯੂ ਤੁਹਾਡਾ ਡੇਲੀ ਬੇਸ ਵਾਲਿਆਂ ਦਾ ਜਿਹੜੇ ਮੇਰੇ ਇੰਟਰਵਿਊ ਕਰਨ ਆਇਆ, ਬਹੁਤ ਥੈਂਕ ਯੂ। ਹਾਂਜੀ, ਮੈਂ ਵਰਲਡ ਚੈਂਪੀਅਨ ਪਿਜਨ ਖਿਡਾਰੀ ਕਬੂਤਰਾਂ 'ਚ ਜਿਹਨੇ ਵਰਲਡ ਲੈਵਲ 'ਤੇ ਨਾਂ ਕਮਾਇਆ, ਜਿੱਦਾਂ ਡਿਸਟ੍ਰਿਕਟ ਲੈਵਲ ਤੋਂ ਸ਼ੁਰੂ ਹੋਇਆ, ਡਿਸਟ੍ਰਿਕਟ 'ਚ ਪਹਿਲਾਂ 5-7 ਵਾਰੀ ਜਿੱਤਿਆ, ਫਿਰ ਉਸ ਤੋਂ ਬਾਅਦ ਮੈਂ ਪੰਜਾਬ ਲੈਵਲ 'ਤੇ ਲੜਨ ਲੱਗ ਗਿਆ, ਪੰਜਾਬ ਦਾ 10 ਵਾਰੀ ਕੱਪ ਜਿੱਤਿਆ, ਫਿਰ ਉਸ ਤੋਂ ਬਾਅਦ ਇੰਡੀਆ ਚਲਾ ਗਿਆ, ਇੰਡੀਆ ਲੜਿਆ, ਫਿਰ ਉਹਦਾ 9 ਵਾਰੀ ਕੱਪ ਜਿੱਤਿਆ ਇੰਡੀਆ ਦਾ ਮੈਂ, ਫਿਰ ਉਸ ਤੋਂ ਬਾਅਦ ਸਾਡੇ ਵਰਲਡ ਲੈਵਲ 'ਤੇ ਹੋਏ ਮੁਕਾਬਲੇ ਜਿਹੜੇ ਬ੍ਰੀਡ ਸ਼ੋਅ 'ਚ, ਉਹ ਫਿਰ ਮੈਂ ਉਹ ਵੀ 2 ਵਾਰੀ ਵਰਲਡ ਚੈਂਪੀਅਨ ਦਾ ਆਪਣਾ ਖਿਤਾਬ ਆਪਣੇ ਨਾਂ ਕੀਤਾ। ਸਰਵਨ ਸਿੰਘ ਜੀ, ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਤੁਹਾਨੂੰ ਸ਼ੌਂਕ ਕਿੱਦਾਂ ਪਿਆ ਕਿ ਕਬੂਤਰ, ਮੈਂ ਕਬੂਤਰ ਰੱਖਣੇ ਆ, ਕਬੂਤਰ ਉਡਾਉਣੇ ਆ? ਇਹ ਜੀ ਸ਼ੌਂਕ ਮੈਨੂੰ ਇੱਦਾਂ ਪਿਆ, ਮੇਰੇ ਨਾਨਾ ਜੀ ਖੁਦ ਅੰਮ੍ਰਿਤਸਰ 'ਚ ਸ਼ੌਂਕ ਕਰਦੇ ਸੀਗੇ, ਅਤੇ ਨਾਨਾ ਜੀ ਤੋਂ ਛੋਟੇ ਹੁੰਦੇ ਖੇਡਦੇ ਹੁੰਦੇ, ਜਿੱਦਾਂ ਬਚਪਨ 'ਚ ਬੱਚੇ ਜਾਂਦੇ ਆ, ਨਾਨਾ ਜੀ ਕੋਲ ਆਸ਼ੀਰਵਾਦ ਲੈਣਾ ਤਾਂ ਉਹਨੇ ਖੋਡਿਆਂ 'ਚ ਵੜ ਜਾਣਾ ਕਬੂਤਰਾਂ ਦੇ, ਅਤੇ ਮੈਨੂੰ ਉਦੋਂ ਲੰਘਣ ਲੱਗ ਗਏ, ਅਤੇ ਇੱਦਾਂ ਫਿਰ ਉਸ ਤੋਂ ਬਾਅਦ ਮੈਂ ਤਾਂ ਬਹੁਤ ਛੋਟਾ ਸੀਗਾ ਨਾ, ਉਸ ਤੋਂ ਪਹਿਲਾਂ ਮੇਰੇ ਭਰਾਵਾਂ ਨੂੰ ਵੀ ਬਹੁਤ ਸ਼ੌਂਕ ਪੈ ਗਿਆ ਸੀ ਨਾਨਾ ਜੀ ਕੋਲ। ਭਰਾ ਜਿੱਦਾਂ ਮੇਰੇ ਭੱਜੀ ਸੀਗਾ ਦਲਜੀਤ ਸਿੰਘ ਬਿੱਲਾ ਸੀ, ਇੱਥੋਂ ਇਲੈਕਸ਼ਨ ਲੜਦਾ ਜਿਹੜਾ, ਅਤੇ ਉਹਨਾਂ ਤੋਂ ਇੰਨਾ ਸ਼ੌਂਕ ਪੈ ਗਿਆ ਵੀ ਮੈਂ ਇਹਦੇ ਵਿੱਚ ਨਾਂ ਕਮਾਉਣਾ ਵਾ, ਵੀ ਜਿੱਦਾਂ ਮਰਜ਼ੀ ਕਮਾਵਾਂ। ਫਿਰ ਮੈਂ ਦਲਜੀਤ ਸਿੰਘ ਬਿੱਲੇ ਨੂੰ ਆਪਣੇ ਭਰਾ ਨੂੰ ਕਿਹਾ ਵੀ ਸ਼ੌਂਕ ਦੇ ਵਿੱਚ ਕਹਿੰਦੇ ਆ ਜੀ ਗੁਰੂ ਧਾਰਨਾ ਪੈਂਦਾ, ਮੈਂ ਉਹ ਫਿਰ ਮੈਂ ਕਿਹਾ ਇੱਦਾਂ ਗੁਰੂ ਧਾਰਨਾ ਮੈਂ, ਕਹਿੰਦੇ ਤੂੰ ਦੇਖ ਪਹਿਲਾਂ। ਮੈਂ ਦੇਖਿਆ ਦੁਖਿਆ ਵੀ ਕਿਹੜਾ ਗੁਰੂ ਦਾ ਨਾਂ ਚੰਗਾ, ਉਹ ਸਰਦਾਰ ਕਰਮ ਸਿੰਘ ਜਿਹੜੇ ਫਿਰੋਜ਼ਪੁਰ ਤੋਂ ਆ, ਅਤੇ ਉਹ ਕਿਸੇ ਵੇਲੇ ਫਿਰੋਜ਼ਪੁਰ ਰਹਿੰਦੇ ਸੀ, ਮੈਂ ਉਹਨਾਂ ਨੂੰ ਮਿਲਦਾ ਨਹੀਂ ਸੀ, ਜਾਣਦਾ ਨਹੀਂ ਸੀ। ਕਿਸੇ ਦੋਸਤ ਨੇ ਮੈਨੂੰ ਕਿਹਾ ਜੀ ਉਹ ਰੇਲਵੇ ਗੱਡੀ ਲੈ ਕੇ ਆਉਂਦੇ ਆ ਜਲੰਧਰ, ਡਾਇਨਿੰਗ ਰੂਮ 'ਚ ਠਹਿਰਦੇ ਆ, ਅਤੇ ਰਾਤ ਨੂੰ 12 ਵਜੇ ਗਿਆ ਮੈਂ ਉੱਥੇ ਜਾ ਕੇ ਸਰਦਾਰ ਕਰਮ ਸਿੰਘ ਦਾ ਬੂਹਾ ਖੜਕਾਇਆ, ਅਤੇ ਮੈਂ ਕਿਹਾ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਜੀ। ਉਹ ਕਹਿੰਦੇ ਕਾਕਾ ਬੱਚੇ ਤੇਰੀ ਤਾਂ ਹਲੇ ਉਮਰ ਬਹੁਤ ਛੋਟੀ ਆ, ਤੂੰ ਕਿਉਂ ਕਬੂਤਰਾਂ ਦੀ ਰੇਂਜ 'ਚ ਵੜਨ ਡਿਆ? ਮੈਂ ਕਿਹਾ ਜੀ ਤੁਸੀਂ ਮੈਨੂੰ ਇੱਕ ਵਾਰੀ ਆਪਣਾ ਸ਼ਿਸ਼ ਪਾ ਕੇ ਦਿਖਾ ਦਿਓ, ਫਿਰ ਦੇਖੋ ਕੀ ਹੁੰਦਾ ਦੁਨੀਆ 'ਚ। ਉਹ ਕਹਿੰਦਾ ਯਾਰ ਬੱਚੇ 'ਚ ਇੰਨਾ ਜਨੂੰਨ ਆ। ਮੈਂ ਕਿਹਾ ਜੀ ਜਨੂੰਨ ਆ ਅਤੇ ਤਾਂ ਹੀ ਤੁਹਾਡੇ ਕੋਲ ਆਇਆ ਮੈਂ।
ਮੈਂ ਗਿਆ ਜੀ ਉਹਨਾਂ ਨੂੰ ਕਿਹਾ ਜੀ ਤੁਸੀਂ ਇੱਕ ਰਿਮ ਸ਼ਗਿਰਦ ਪਾਓ ਫਿਰ ਦੇਖੋ ਕੀ ਹੁੰਦਾ ਦੁਨੀਆ 'ਚ। ਫਿਰ ਉਹਨਾਂ ਨੂੰ ਕਿਹਾ ਮਿਹਨਤ ਤਰਲੇ ਪਾਏ, ਭਰਾਣੇ ਵੀ ਪਾਏ, ਮੈਂ ਵੀ ਪਾਏ, ਉਹ ਮੰਨ ਗਿਆ ਜੀ। ਅਗਲੇ ਹਫ਼ਤਾ ਟਾਈਮ ਦਿੱਤਾ ਮੈਨੂੰ, ਇੱਥੇ ਮੈਂ ਲਾਗੇ 'ਚ ਆਪਣੇ ਸਾਡੇ ਮੇਨ ਰੋਡ ਆ SD ਕਾਲਜ ਰੋਡ, ਉੱਥੇ ਮੈਂ ਫੰਕਸ਼ਨ ਕੀਤਾ, ਟੈਂਟ ਲਾਏ, ਅਤੇ ਸ਼ੌਂਕ ਬੜਾ ਸੀ ਮੈਨੂੰ ਗੁਰੂ ਧਾਰਨ ਦਾ, ਅਤੇ ਉੱਥੇ ਮੈਂ ਉਹਨਾਂ ਨੂੰ ਬੁਲਾ ਕੇ ਗੁਰੂ ਧਾਰਿਆ, ਜਿੱਦਾਂ ਵਿਆਹ ਵਾਂਗੂ ਫੰਕਸ਼ਨ ਕੀਤਾ। ਅਤੇ ਅੱਜ ਦੇਖ ਲਓ ਉਹੀ ਮੇਰੇ 40 ਸਾਲ ਪਹਿਲਾਂ ਗੁਰੂ ਬਣਾਏ ਹੋਏ ਸਰਦਾਰ ਕਰਮ ਸਿੰਘ, ਅਤੇ ਮੇਰੇ ਇੰਨਾ ਮੈਂ ਨਾਂ ਕਮਾਇਆ, ਉਹਨਾਂ ਦੀ ਸ਼ਿਕਸ਼ਾ ਲਿੱਤੀਆਂ, ਜਿਹੜੇ ਮੁਕਾਬਲੇ ਲੜੇ ਸਰਦਾਰ ਕਰਮ ਸਿੰਘ ਨੇ ਦਾ ਪੇਜ ਦੱਸੇ ਮੈਨੂੰ ਵੀ ਕਬੂਤਰਾਂ ਨੂੰ ਆਹ ਦਵਾਈ ਦੇਈਦੀ ਆ, ਆਹ ਦੇਈਦੀ ਆ, ਫਿਰ ਉਸ ਤਰ੍ਹਾਂ ਦੇ ਮੈਂ ਦਵਾਈਆਂ ਦਿੰਦਾ ਰਿਹਾ, ਉੱਦਾਂ ਹੀ ਖੁਰਾਕ ਦਿੰਦਾ ਰਿਹਾ ਜਿੱਦਾਂ ਉਹਨਾਂ ਨੇ ਖੁਰਾਕ ਦੱਸੀ ਹੈ ਮੈਨੂੰ। ਜਿੱਦਾਂ ਮਿਹਨਤ ਆਉਂਦੀ ਆ ਜੀ, ਮੱਕੀ, ਛੋਲੇ ਅਤੇ ਕਣਕ, ਬਾਜਰਾ ਅਤੇ ਸੋਇਆਬੀਨ, ਇਹ ਮੇਨ ਜ਼ਿਆਦਾ ਖੁਰਾਕ ਤਾਕਤ ਵਾਸਤੇ ਇਹ ਹੈ। ਅਤੇ ਆਪਾਂ ਇੱਕ ਪੰਜਾਬੀ 'ਚ ਕਹਿੰਦੇ ਗੁੱਲੀ ਡੰਡਾ, ਉਹਨੂੰ ਉੱਦਾਂ ਲੱਲੂਆ ਬੋਲਿਆ ਜਾਂਦਾ, ਲੱਲੂਆ ਕਣਕ ਦੇ ਥੱਲੇ ਨਿਕਲਦਾ। ਜੇ ਉਹ ਕਬੂਤਰਾਂ ਨੂੰ ਪਾਈਏ ਕਹਿੰਦੇ ਨਾ ਸੋਇਆਬੀਨ ਤੋਂ ਜ਼ਿਆਦਾ ਤਾਕਤ ਆ ਆਪਣੀ ਸਰ੍ਹੋਂ ਤੋਂ ਜ਼ਿਆਦਾ, ਉਹ ਲੱਲੂਆ ਪਾ ਦਈਏ, ਅਤੇ ਉਹ ਮੈਂ ਪਾਉਂਦਾ ਰਿਹਾ ਕਬੂਤਰਾਂ ਨੂੰ, ਅਤੇ ਕਬੂਤਰ ਮੇਰੇ 'ਚ ਕਮਾਲ ਰਿਕਾਰਡ ਬਣਾ ਦਿੱਤੇ। ਤੁਹਾਨੂੰ ਦੱਸ ਦਈਏ ਕਿ ਸਰਵਨਜੀਤ ਸਿੰਘ ਹਨਾ ਕੋ ਹਜ਼ਾਰਾਂ ਤੋਂ ਲੈ ਕੇ ਕਰੋੜਾਂ ਤੱਕ ਦੇ ਕਬੂਤਰ ਨੇ, ਅਤੇ ਨਾਲ ਨਾਲ ਗੱਲਬਾਤ ਵੀ ਕਰਦੇ ਹਾਂ ਅਤੇ ਕਬੂਤਰ ਦਿਖਾਉਣਗੇ ਸਾਨੂੰ। ਸਰਵਨ ਸਿੰਘ ਜੀ, ਪਹਿਲਾਂ ਤਾਂ ਤੁਹਾਡੇ ਜਿਹੜੇ ਦੋ ਕਬੂਤਰ ਮਸ਼ਹੂਰ ਨੇ ਜਾਲਦਾਰ ਕਬੂਤਰ ਜਿਹੜੇ ਕਰੋੜਾਂ ਦੇ ਨੇ, ਹਾਂ, ਸਭ ਤੋਂ ਪਹਿਲਾਂ ਉਹ ਲੋਕਾਂ ਨੂੰ ਦਿਖਾਓ। ਰਣਜੀਤ, ਮੈਂ ਜ਼ਰੂਰ ਕਬੂਤਰ ਦਿਖਾਊਂਗਾ ਜਿਹੜੇ ਮੇਰੇ ਕਰੋੜਾਂ 'ਚ ਆਏ ਆ, ਉਹ ਮੈਂ ਤੁਹਾਨੂੰ ਦਿਖਾਉਂਦਾ ਉਹਦਾ ਹਰੀਆਂ ਅੱਖਾਂ ਵਾਲੇ ਜਿਹੜੇ ਮੇਰੇ ਫੇਮਸ ਕਬੂਤਰ ਹੋਏ ਆ, ਜਿਨ੍ਹਾਂ ਕਰਕੇ ਮੇਰਾ ਵੀ ਨਾਂ ਲੋਕ ਦੁਨੀਆ ਜਾਣਦੀ ਆ, ਅਤੇ ਉਹ ਬਿਲਕੁਲ ਕਹਿੰਦੇ ਨੇ ਗ੍ਰੀਨ ਅੱਖਾਂ ਵਾਲੇ ਆ, ਅਤੇ ਉਹ ਜਾਲਦਾਰ ਕਬੂਤਰ ਆ, ਸ਼ਾਸਤਰੇ ਵੀ ਆ ਉਹਨਾਂ 'ਚ, ਅਤੇ ਉਹ ਤੁਹਾਨੂੰ ਮੈਂ ਦਿਖਾਉਂਦਾ ਵਾਂ। ਅਤੇ ਉਹ ਦੇਖੋ ਬਰੀਡ ਕਿੱਦਾਂ ਬਣਾਈ ਗਈ, ਮੇਰੇ ਨੇ ਇੱਕ ਦਿਮਾਗ ਲਾਇਆ ਅਤੇ ਉਹ ਬਰੀਡ ਸੁਣਨ 'ਚ ਦੱਸ ਰਹੇ ਸੀਗੇ ਕਿ ਤੁਹਾਨੂੰ ਗੋਰਿਆਂ ਤੱਕ ਨੇ ਕਹਿਤਾ ਕਿ ਸਾਡੇ ਕੋਲ ਇੰਨੇ ਪੈਸੇ ਲੈ ਲਓ, ਸਾਨੂੰ ਦੇ ਦਿਓ। ਬਿਲਕੁਲ ਜੀ, ਤੁਸੀਂ ਬੇਟੇ ਸਵਾਲ ਸਹੀ ਪੁੱਛਿਆ, ਹੋਰ ਫੜ ਕੇ ਲਿਆ ਸਵਾਲ ਤੁਸੀਂ ਬਹੁਤ ਵਧੀਆ ਪੁੱਛਿਆ ਮੈਨੂੰ। ਗੋਰਿਆਂ ਨੇ ਕੀਮਤ ਇੰਨੀ ਲਾਤੀ ਇਹਨਾਂ ਦੀ, ਮੇਰੀ ਕਦੇ ਖਾਬ 'ਚ ਵੀ ਨਹੀਂ ਸੀਗਾ, 16 ਲੱਖ ਰੁਪਈਆ ਉੱਧਰਲਾ ਪਾਉਂਡ ਸੀ, ਡੋਲਰ ਸੀ, ਮੈਨੂੰ ਦਿਮਾਗ 'ਚੋਂ ਨਿਕਲ ਗਿਆ, ਇਸ ਵੇਲੇ ਦੱਸ ਰਿਹਾ ਪਾਉਂਡ ਵੀ ਹੋ ਸਕਦੇ, ਡੋਲਰ ਵੀ ਹੋ ਸਕਦਾ, ਅਤੇ ਉਹ 16 ਲੱਖ ਲਾਇਆ। ਅਤੇ ਇੱਧਰ ਮੈਂ ਪੁੱਛਿਆ ਵੀ ਕਿੰਨਾ ਬਣਦਾ ਵਾ ਇੰਡੀਆ ਦਾ, ਅਤੇ 7 ਕਰੋੜ ਬਣਦਾ ਭਾਅ ਜੀ। ਅਤੇ ਮੈਂ ਜੇ ਉਦੋਂ ਆਪਣੇ ਦੇਸ਼ ਵਾਸਤੇ ਗਰਦਾਰੀ ਕਰਨੀ ਚਾਹੁੰਦਾ ਤਾਂ ਮੈਂ ਗਰਦਾਰੀ ਕਰ ਸਕਦਾ ਸੀਗਾ, ਪਰ ਮੈਂ ਦੇਸ਼ ਦਾ ਆਪਣੇ ਦਾ ਨਾਂ ਬਣਾਇਆ, ਮੈਂ ਜਲੰਧਰ ਦਾ ਰਹਿਣ ਵਾਲਾ ਪੰਜਾਬ ਦਾ, ਅਤੇ ਉਹ ਅੱਜ ਮੈਂ ਮੇਰੇ ਕੋਲ ਮੈਡਲ ਆ, ਅਤੇ ਤੁਸੀਂ ਲੋਕ ਵੀ ਮੇਰੇ ਇੰਟਰਵਿਊ ਕਰਨ ਆਏ ਆ, ਨਹੀਂ ਤਾਂ ਉੱਦਾਂ ਕੋਈ ਕਿਸੇ ਨੂੰ ਕੋਈ ਮਿਲਦਾ ਨਹੀਂ। ਖਾਸੀਅਤ ਕੀ ਹੈ ਇਸ ਕਬੂਤਰ? ਇਹ ਖਾਸੀਅਤ ਆ ਜੀ, ਇਹ ਦੇਖੋ ਤੁਸੀਂ ਗ੍ਰੀਨ ਅੱਖਾਂ, ਆਹ ਦੇਖੋ ਗ੍ਰੀਨ ਅੱਖਾਂ, ਬਿਲਕੁਲ ਗ੍ਰੀਨ, ਇਸ ਤੋਂ ਵੀ ਜ਼ਿਆਦਾ ਡਾਰਕ ਦਿਖਾਉਣਾ, ਆਹ ਦੇਖੋ ਗ੍ਰੀਨ ਆ ਜੀ, ਇਹ ਮੇਰੇ ਗ੍ਰੀਨ ਅੱਖਾਂ ਕਰਕੇ ਹੀ ਜਦੋਂ ਉੱਥੇ ਸ਼ੋਅ ਚੱਲਦਾ ਪਿਆ ਸੀਗਾ ਇੰਗਲੈਂਡ 'ਚ ਅਤੇ ਕਨੇਡਾ 'ਚ ਹੋਇਆ ਸੀ, ਅਤੇ ਉੱਥੇ ਜਦੋਂ ਕਬੂਤਰ ਪ੍ਰਦਰਸ਼ਨੀ 'ਚ ਛੋੜੇ ਜਾਂਦੇ ਆ ਅਤੇ ਪਿੰਜਰੇ ਲੱਗ ਜਾਂਦੇ ਸਾਡੇ, ਅਤੇ ਜਦੋਂ ਮੇਰੇ ਸ਼ਾਗਿਰਦਾਂ ਨੇ ਉੱਥੇ ਪ੍ਰਦਰਸ਼ਨੀ 'ਚ ਕਬੂਤਰ ਛੱਡੇ ਜਿਹੜੇ ਮੇਰੇ ਸ਼ਾਗਿਰਦ ਆ, ਅਤੇ ਉਦੋਂ ਉਹ ਨਾ ਆਪਸ 'ਚ ਗੋਰੇ ਗੱਲਾਂ ਕਰਨ ਲੱਗ ਗਿਆ, ਅਤੇ ਮੈਨੂੰ ਇੰਗਲਿਸ਼ ਉਹਨਾਂ ਦੀ ਹਾਈ ਸਮਝ ਨਹੀਂ ਲੱਗੀ, ਜਿੱਦਾਂ ਮੇਰੇ ਬੰਦੇ ਦੱਸਣ ਡਏ ਆ ਵੀ ਉਹ ਇੰਗਲਿਸ਼ ਹਾਈ ਦੱਸਣ ਲੱਗ ਗਿਆ, ਅਤੇ ਮੈਂ ਉਦੋਂ ਸਮਝ ਨਹੀਂ ਲੱਗੀ ਮੈਨੂੰ, ਮੈਂ ਕਿ ਕੁਸਲ ਕੁਸਲ ਕਰ ਰਿਹਾ ਗੋਰੇ, ਪਤਾ ਨਹੀਂ ਕੀ ਕਰ ਰਿਹਾ। ਅਤੇ ਉਸ ਤੋਂ ਬਾਅਦ ਮੇਰੇ ਕਿਸੇ ਬੰਦੇ ਨੇ ਉਹਨਾਂ ਲਾਗੇ ਜਿਹੜਾ ਮੇਰਾ ਸ਼ਾਗਿਰਦ ਉੱਥੇ ਰਹਿੰਦਾ ਸੀ, ਉਹ ਕਹਿੰਦਾ ਇੰਗਲਿਸ਼ 'ਚ ਤੇਰੇ ਕਬੂਤਰਾਂ ਦੇ ਨਾਂ ਲੈ ਰਹੇ ਆ ਵੀ ਕਬੂਤਰ ਤੇਰੇ ਵਰਲਡ 'ਚ ਫਸਟ ਆਉਣੇ ਆ। ਮੈਂ ਕਿਹਾ ਯਾਰ ਇੱਦਾਂ ਕਿੱਦਾਂ ਹੋ ਸਕਦਾ, ਇੰਨਾ ਕਬੂਤਰ ਆਇਆ 200-300 ਅਤੇ ਮੇਰਾ ਕਿੱਦਾਂ ਫਸਟ ਆ ਜੂਗਾ? ਉਹ ਕਹਿੰਦਾ ਜਦੋਂ ਅੱਖਾਂ ਚੈੱਕ ਆਉਣੀਆਂ ਫਿਰ ਦੇਖੀ।
ਜਦੋਂ ਮੇਰੇ ਕਬੂਤਰਾਂ ਦੀਆਂ ਅੱਖਾਂ ਚੈੱਕ ਹੋਈਆਂ ਅਤੇ ਉਹ ਜੱਜ ਮੇਰੇ ਪੁਆਇੰਟ ਇੰਨੇ ਨੰਬਰ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਮੈਂ ਤਾਂ ਆਪ ਹੈਰਾਨ ਹੋ ਗਿਆ ਵੀ ਇਹ ਕਮਾਲ ਹੋ ਗਈ। ਅਤੇ ਜਦੋਂ ਉਸ ਤੋਂ ਬਾਅਦ ਰਿਜ਼ਲਟ ਆਊਟ ਕੀਤਾ ਉਹਨਾਂ ਨੇ ਜਦੋਂ ਫਾਈਨਲ 'ਤੇ ਜਾ ਕੇ ਅਤੇ ਉਹ ਕਮਾਲ ਹੋਈ ਜੀ। ਉਹਦੇ ਵਿੱਚ ਉਹ ਕਹਿੰਦੇ ਜੀ ਪੰਜਾਬ ਤੋਂ ਜਿਹੜੇ ਸਰਵਨ ਸਿੰਘ ਦੇ ਕਬੂਤਰ ਆ ਉਹਨਾਂ ਨੂੰ ਵਰਲਡ ਚੈਂਪੀਅਨ ਦਾ ਅਵਾਰਡ ਦਿੱਤਾ ਜਾਂਦਾ। ਮੈਂ ਇੰਨਾ ਹੈਰਾਨ, ਮੈਂ ਪਰੇਸ਼ਾਨ, ਅਤੇ ਮੈਂ ਦੇਖਿਆ ਜਦੋਂ ਵਰਲਡ ਚੈਂਪੀਅਨ ਦਾ ਅਵਾਰਡ ਮੈਨੂੰ ਗੋਰਿਆਂ ਨੇ ਕਰ ਦਿੱਤਾ ਅਤੇ ਮੈਨੂੰ ਬੜੀ ਖੁਸ਼ੀ। ਅਤੇ ਉੱਥੇ ਮੇਰੇ ਯਾਰ ਦੋਸਤ ਜਿਹੜੇ ਸੀਗੇ ਉਹਨਾਂ ਨੇ ਮੈਨੂੰ ਇੰਨਾ ਇੱਜ਼ਤ ਮਾਣ ਦਿੱਤਾ, ਮੈਂ ਭਾਈ ਤੁਹਾਨੂੰ ਨਹੀਂ ਦੱਸ ਸਕਦਾ ਜਿੰਨਾ ਮੈਨੂੰ ਇੱਜ਼ਤ ਮਾਣ ਇਸ ਵੇਲੇ ਇਸ ਗੇਮ 'ਚ ਮਿਲ ਰਿਹਾ ਵਾ। ਕੋਈ ਐਸਾ ਨਹੀਂ ਮਿਨਿਸਟਰ ਜਿਹਦੇ ਕੋਲੋਂ ਨਹੀਂ ਮੈਂ ਅਵਾਰਡ ਲੈ ਚੁੱਕਾ। ਅਤੇ ਬਾਕੀ ਜਿਹੜਾ ਮੇਨ ਅਵਾਰਡ ਹੁੰਦਾ ਤੁਹਾਨੂੰ ਪਤਾ ਰਾਸ਼ਟਰਪਤੀ ਅਵਾਰਡ ਕਿਹਾ ਜਾਂਦਾ, ਉਹ ਵੀ ਮਿਲ ਲਿਆ, ਅਤੇ ਪ੍ਰਾਈਮ ਮਿਨਿਸਟਰਾਂ ਕੋਲ ਵੀ ਲੈ ਲਿਆ, ਮੁੱਖ ਮੰਤਰੀਆਂ ਕੋਲ ਵੀ ਲੈ ਲਿਆ, ਆਮ ਮੰਤਰੀਆਂ ਕੋਲ ਤਾਂ ਆਮ ਲਿੱਤੇ ਆ। ਅਤੇ ਦੇਖੋ ਜੇ ਕਬੂਤਰਾਂ ਦਾ ਇੱਕ ਸ਼ੌਂਕ ਕੀਤਾ ਅਤੇ ਮੈਂ ਇੰਨਾ ਨਾਂ ਕਮਾਇਆ। ਅਤੇ ਕਬੂਤਰਾਂ ਵਾਲਿਆਂ ਨੂੰ ਪਹਿਲੇ ਲੋਕ ਜਿਹੜੇ ਬਜ਼ੁਰਗ ਸੀਗੇ ਉਹ ਕਹਿੰਦੇ ਸੀ ਜਾੜ ਮੰਗਦੇ ਆ। ਇਹ ਬੜਾ ਇੱਕ ਹੁੰਦਾ ਕਿ ਜਿਹੜੇ ਕੋਈ ਕਬੂਤਰ ਰੱਖਦਾ ਇਹੀ ਕਿਹਾ ਜਾਂਦਾ ਕਿ ਕਬੂਤਰ ਜਾੜ ਮੰਗਦੇ ਆ, ਜੇ ਕਬੂਤਰ ਰੱਖੋ ਤਾਂ ਘਰ ਵਿੱਚ ਉਜਾੜ ਪੈ ਜਾਂਦਾ। ਭਾਅ ਜੀ ਇਹ ਬਿਲਕੁਲ ਪਹਿਲੇ ਬਜ਼ੁਰਗਾਂ ਦੀ ਸੋਚ ਨਹੀਂ ਸੀਗੀ, ਸਾਡੇ ਅੱਜ ਕੱਲ੍ਹ ਦੇ ਜਿਹੜੇ ਆ ਜਿਹੜੇ ਆਪਣੇ ਨਵੇਂ ਯੂਥ ਮੁੰਡੇ ਆ ਇਹ ਕੋਈ ਸੋਚ ਨਹੀਂ, ਗਲਤ ਆ। ਮੈਂ ਵੀ ਖੁਦ ਕਹਿੰਦਾ ਵਾਂ ਵੀ ਕਬੂਤਰ ਰੱਖੋ, ਸ਼ਾਂਤੀ ਦਾ ਪ੍ਰਤੀਕ ਆ, ਇਹ ਸ਼ਾਂਤੀ ਮੰਗਦਾ ਵਾ, ਇਹ ਘਰ 'ਚ ਕੋਈ ਕਲੇਸ਼ ਨਹੀਂ ਹੁੰਦਾ। ਹੁਣ ਦੇਖੋ ਮੈਨੂੰ ਅਟੈਕ ਹੋ ਗਿਆ ਸੀ ਪੈਰਲਸ ਦਾ, ਅਤੇ ਮੈਂ ਦੇਖੋ ਹੁਣ ਤੁਹਾਡੇ ਸਾਹਮਣੇ ਫਿੱਟ ਖੜਾ ਫਿਰ, ਕਿਉਂ ਇਹ ਕਬੂਤਰਾਂ ਦੀ ਬਦੌਲਤ ਬਚਿਆ ਮੈਂ, ਕਿਉਂ ਵੀ ਇਹਨਾਂ ਨਾਲ ਲਗਨ ਸੀ ਮੇਰੀ, ਹਰ ਵਕਤ ਰਹਿੰਦਾ। ਜਿਹੜੇ ਇਹਨਾਂ ਦੀ ਨਾ ਕਹਿੰਦੇ ਆ ਬਿੱਠਾਂ ਦੀ ਖੁਸ਼ਬੂ ਵੀ ਲਈਏ ਅਤੇ ਉਹ ਆਪਾਂ ਨੂੰ ਟੌਣਕ ਵਾਂਗੂ ਕੰਮ ਕਰਦੀ ਹੈ। ਇਹ ਵੀ ਤੁਹਾਨੂੰ ਦੱਸਦਾ ਇਹਨਾਂ ਦੀਆਂ ਜਿਹੜੇ ਬਿੱਠਾਂ ਮੇਰੇ ਕੋਲ ਡਾਕਟਰ ਖੁਦ ਲੈ ਕੇ ਜਾਂਦੇ ਆ, ਦਵਾਈਆਂ 'ਚ ਕੈਪਸੂਲਾਂ 'ਚ ਭਰ ਕੇ ਦਿੰਦੇ ਆ, ਇਹ ਵੀ ਤੁਹਾਨੂੰ ਦੱਸਦਾ ਜੋ ਮੈਂ ਜਿਹੜੇ ਉੱਦਾਂ ਕਹਿੰਦੇ ਸੀ ਡਾਕਟਰ ਦੇਸੀ ਜਿਹੜੇ ਆ ਉਹ ਕੈਪਸੂਲ ਦਵਾਈ ਦਿੰਦੇ ਆ ਭਰ ਕੇ, ਉਹਨੂੰ ਛਾਣ ਕੇ ਬਿੱਠਾਂ ਨੂੰ ਨਾ ਇਹਦਾ ਪਾਊਡਰ ਬਣਾ ਕੇ ਕੈਪਸੂਲਾਂ 'ਚ ਭਰ ਕੇ ਜਿੱਦਾਂ ਕਿਸੇ ਨੂੰ ਕੋਈ ਸ਼ਿਕਾਇਤ ਹੋ ਗਈ ਆ ਉਹਨੂੰ ਜਿੱਦਾਂ ਆਮ ਜਿੱਦਾਂ ਹੁਣ ਪੈਰਲਸ ਦੀ ਲਾ ਲਓ ਮੈਨੂੰ ਹੀ ਉਹ ਮੈਨੂੰ ਕੈਪਸੂਲ ਖਵਾ ਦੇਣ ਤਾਂ ਮੈਨੂੰ ਕੀ ਪਤਾ ਵਿੱਚ ਕੀ ਪਾਇਆ, ਉਹਦੇ ਦਵਾਈ ਸਮਝਣੀ। ਇਹਦੇ ਨਾਲ ਤੁਹਾਡੇ ਜਿਹੜੇ ਮਲਵਈ ਕਬੂਤਰ ਨੇ ਉਹ ਵੀ ਕਾਫੀ ਮਸ਼ਹੂਰ ਨੇ। ਹਾਂਜੀ ਹਾਂਜੀ ਮਲਵਈਆਂ ਬਾਰੇ ਦੱਸ। ਓਏ ਰਣਜੀਤ, ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜੰਗਲੇ ਬਣਾਏ ਹੋ ਗਏ ਨੇ, ਹਰ ਇੱਕ ਕਬੂਤਰ ਰੱਖੇ ਹੋਏ ਨੇ, ਸਾਰੇ ਇਹ ਸਾਰੇ ਕਬੂਤਰ ਨੇ ਜਿਹੜੇ ਕਿ ਸਰਵਨ ਸਿੰਘ ਉਹਨਾਂ ਨੇ ਰੱਖੇ ਹੋਏ ਨੇ। ਤੁਹਾਨੂੰ ਦੱਸ ਦਿੰਦੇ ਆ ਕਿ ਇਸ ਦੀ ਕੀਮਤ ਹੈ ਜਿਹੜੀ ਕਰੋੜਾਂ ਦੇ ਵਿੱਚ ਹੈ, ਕਿ ਕਈ ਜਗ੍ਹਾ ਜਾਂਦੇ ਨੇ ਜਦੋਂ ਸਰਵਨ ਸਿੰਘ ਹੋਣੀ ਅਤੇ ਉੱਥੇ ਇਹਨਾਂ ਦੀ ਕੀਮਤ ਕਰੋੜਾਂ ਵਿੱਚ ਪਾਈ ਜਾਂਦੀ ਹੈ, ਪਰ ਉਹ ਹਰ ਵਾਰ ਇਹਨਾਂ ਨੂੰ ਦੇਣ ਤੋਂ ਵੇਚਣ ਤੋਂ ਮਨਾ ਕਰ ਦਿੰਦੇ ਨੇ। ਹਾਂਜੀ ਲਓ ਜੀ, ਇਹ ਮਾਲਵੇ ਦੇ ਮਲਵਈ ਕਬੂਤਰ ਆ ਜਿਨ੍ਹਾਂ ਨੂੰ ਅਸੀਂ ਹਜ਼ਾਰ ਵਾਲੇ ਕਹਿੰਦੇ ਹਾਂ। ਇਹਨਾਂ ਦੀ ਕੀਮਤ 1000 ਰੁਪਈਆ ਕਿਸੇ ਵੇਲੇ ਲੱਗੀ ਸੀਗੀ, ਉਦੋਂ ਜ਼ਮਾਨੇ 'ਚ, ਅੱਜ ਤੋਂ 50 ਸਾਲ ਪਹਿਲਾਂ 1000 ਰੁਪਈਆ ਕੀ ਹੁੰਦਾ ਜੀ, ਕੁਛ ਵੀ ਨਹੀਂ। ਉਦੋਂ ਵੀ ਅਸੀਂ ਸਮਝਦੇ ਕੁਛ ਨਹੀਂ ਹੁੰਦਾ ਹੈਗਾ, ਸਾਡੇ ਵਾਸਤੇ ਬਹੁਤ ਸੀਗਾ। ਕਿਉਂ 1000 ਰੁਪਈਏ ਦਾ ਕਬੂਤਰ ਲਿੱਤਾ ਸੀ, ਜਿੰਨਾ ਇਹ ਕਬੂਤਰ ਸਾਡੇ ਫੇਮਸ ਹੋ ਗਏ 1000 ਵਾਲੇ, ਇਹ ਮਲਵਈ ਕਬੂਤਰ ਆ। ਅਤੇ ਦੇਖੋ ਇਸ ਕਬੂਤਰਾਂ ਨੂੰ ਮਲਵਈਆਂ ਨੂੰ ਕੱਲ੍ਹ ਹੀ ਰੱਖਿਆ ਜਾਂਦਾ, ਇਹ ਇਸ਼ਾਰੇ 'ਤੇ ਉੱਡਦੇ ਆ, ਇਹ ਵੀ ਇਸ਼ਾਰਾ ਜੋ ਲਾ ਲੈਣਾ। ਜਿੱਦਾਂ ਤੁਸੀਂ ਸ਼ਰਟ ਪਾਈ ਹੈ, ਇਹ ਸ਼ਰਟ ਲਾ ਕੇ ਰੱਖ ਦੇਣੀ ਕਮਰੇ 'ਚ ਅਤੇ ਦੂਜੀ ਸ਼ਰਟ ਪਾ ਕੇ ਤੁਸੀਂ ਤੁਰੇ ਫਿਰੋ, ਅਤੇ ਜਦੋਂ ਸ਼ਾਮ ਨੂੰ ਸਾਡਾ ਮੁਕਾਬਲਾ ਫਾਈਨਲ ਹੋਣਾ ਤੁਸੀਂ ਅੰਦਰ ਜਾਓ ਅਤੇ ਸ਼ਰਟ ਬਦਲ ਕੇ ਆ ਜਾਓ ਅਤੇ ਪਾ ਲਓ ਅਤੇ ਕਬੂਤਰ ਤੁਹਾਡਾ ਬਹਿ ਜਾਣਾ ਅਤੇ ਆਪਾਂ ਜਿੱਤ ਜਾਣਾ। ਅਤੇ ਖਿਡਾਰੀਆਂ ਨੂੰ ਪਤਾ ਸ਼ਰਟ 'ਤੇ ਲਾਇਆ ਹੋਇਆ ਵਾ, ਇਹ ਸਾਡਾ ਵਾ ਨੁਕਤਾ ਵੀ ਸ਼ਰਟ 'ਤੇ ਲਾਇਆ ਹੋਇਆ ਵਾ। ਜਿੱਦਾਂ ਮੈਂ ਕੈਪ ਆ, ਕੈਪ ਜਿੱਦਾਂ ਮੈਂ ਹੁਣ ਕੈਪ ਪਾ ਕੇ ਕਬੂਤਰ ਡਾਲ ਦੇਣਾ ਇਸ ਨੂੰ ਅਤੇ ਕਬੂਤਰ ਉੱਡਦਾ ਰਹਿਣਾ। ਅਤੇ ਜਦੋਂ ਕਬੂਤਰ ਖਿਡਾਰੀ ਉਹ ਕਹਿੰਦਾ ਜੀ ਉੱਡਦਾ ਪਿਆ ਦੇਖਦਾ ਪਿਆ ਵਾ, ਅਤੇ
ਜਦੋਂ ਮੈਂ ਕਬੂਤਰ ਨੂੰ ਇਸਨੂੰ ਬਣਾਉਣਾ ਚਾਹਵਾਂ ਉਦੋਂ ਮੈਂ ਹੀ ਬਣਾ ਵਾਂ। ਮੈਂ ਕੈਬ ਜਿਹੜੀ ਪਾਈ ਸੀ ਉਹਨਾਂ ਸਾਹਮਣੇ ਉਹਨਾਂ ਨੂੰ ਨਹੀਂ ਪਤਾ ਵੀ ਕੀ ਕੈਬ ਅੰਦਰੋਂ ਬਦਲ ਕੇ ਆ ਗਿਆ, ਉਹ ਕੈਬ ਮੈਂ ਬਦਲ ਕੇ ਆ ਜਾਣੀ ਆ। ਮੈਂ ਆਪਣੀ ਕੈਬ ਪਾ ਕੇ ਫਿਰ ਆ ਜਾਣਾ ਜਿਹੜੀ ਮੈਂ ਡਾ ਕੇ ਗਿਆ, ਉਹ ਕੈਬ ਜਦੋਂ ਮੈਂ ਪਾਲਣੀ ਆ ਘੁੰਗਰੂ ਖੜਕਾਉਣੇ ਆ ਕਬੂਤਰ ਮੇਰੇ ਆ ਕੇ ਹੱਥਾਂ ਦੇ ਉੱਤੇ ਫੇਰ ਬਹਿ ਜਾਣੇ। ਬਿਲਕੁਲ, ਇਸ ਦੇ ਨਾਲ ਹੀ ਕਈ ਵਾਰ ਹੁੰਦਾ ਨਾ ਕਬੂਤਰ ਜਦੋਂ ਤੁਸੀਂ ਕਬੂਤਰ ਜਦੋਂ ਜੰਮਦੇ ਆ ਆਂਡੇ ਦੇ ਵਿੱਚੋਂ ਨਿਕਲਦੇ, ਉਸ ਨਾਲ ਕਈ ਵਾਰੀ ਮਾਤਾ ਪਿਤਾ ਦੀ ਹਾਲਤ ਠੀਕ ਨਾ ਹੋਣ ਕਾਰਨ ਹੋ ਜਾਂਦਾ, ਅਤੇ ਕਿੱਦਾਂ ਫਿਰ ਉਹ ਕਬੂਤਰ ਦੀ ਦੇਖਭਾਲ ਕਿੱਦਾਂ ਕਰਦੇ ਹੋ ਤੁਸੀਂ? ਉਹ ਜੀ ਅਸੀਂ ਦੇਖਭਾਲ ਇੱਦਾਂ ਕਰਦੇ ਹਾਂ, ਜਿੱਦਾਂ ਬੱਚਾ ਵਾ ਛੋਟਾ ਉਹਦੇ ਮਾਮਾ ਮਰ ਜਾਂਦੇ ਆ, ਉਹਦਾ ਬੱਚੇ ਨੂੰ ਅਸੀਂ ਕਿੱਦਾਂ ਪਾਲਣਾ ਉਹ ਤੁਹਾਨੂੰ ਮੈਂ ਤਰੀਕਾ ਦੱਸਦਾ। ਉਹ ਬੱਚੇ ਨੂੰ ਅਸੀਂ ਇਸ ਸਮੇਂ ਹੈ ਤੁਹਾਡੇ ਕੋਲ ਕਬੂਤਰ? ਹਾਂਜੀ ਹਾਂਜੀ, ਉਹ ਬੱਚਾ ਮੈਂ ਤੁਹਾਨੂੰ ਦਿਖਾਉਂਦਾ ਜੀ, ਬੱਚਾ ਇੱਧਰ, ਬੱਚਾ ਜਿੱਦਾਂ ਛੋਟੇ ਬਚਪਨ 'ਚ ਉਹਨੂੰ ਮਾਂ ਪਿਓ ਮਰ ਗਿਆ ਅਤੇ ਉਹਨੂੰ ਕਿਸ ਤਰ੍ਹਾਂ ਆਪਾਂ ਪਾਲਣਾ। ਹੁਣ ਤੁਸੀਂ ਦੇਖੋ ਉਹਦਾ, ਮੈਂ ਮੂੰਹ ਦੇ ਵਿੱਚ ਆਪਣੇ ਦਾਣਾ ਗਾਲ ਲੈਣਾ, ਉਹ ਬੱਚੇ ਨੂੰ ਕਿੱਦਾਂ ਮੈਂ ਉਹਦੇ ਪੋਟ 'ਚ ਦਾਣਾ ਪਾਉਣਾ। ਹੁਣ ਇਹ ਜ਼ਰੂਰ ਦੇਖਿਓ ਤੁਸੀਂ, ਇਹ ਜ਼ਰੂਰ ਗੱਲ ਆ, ਆਹ ਦੇਖੋ ਬੱਚੇ ਦੀ ਮੂੰਹ ਚੁੰਝ ਪਾਲਣੀ ਮੈਂ, ਆਪਣੇ ਮੂੰਹ ਦੇ ਰਾਹੀ ਦੇ ਨਾਲ। ਹਾਂਜੀ ਆਹ ਦੇਖੋ ਬੋਟ ਭਰ ਗਿਆ ਨਾ, ਦੇਖੋ ਕਿੰਨਾ ਭਰਿਆ, ਇਹ ਮੇਰੀ ਗੈਸ ਭਰ ਗਈ ਹੋਈ ਹੈ। ਇਸ ਵੇਲੇ ਮੈਂ ਉੱਦਾਂ ਦਾਣਾ ਨਹੀਂ ਦਿਖਾਇਆ ਗਾਲ ਕੇ ਮੂੰਹ 'ਚ, ਉੱਦਾਂ ਇਹਦੇ ਮੂੰਹ 'ਚ ਦਾਣਾ ਗਾਲ ਕੇ ਅਸੀਂ ਨੂੰ ਵੱਡਾ ਕਰ ਲਈਦਾ ਬੱਚੇ ਨੂੰ, ਪੁੱਤਾਂ ਵਾਂਗੂ ਪਾਲ ਦਿਓ। ਦੇਖੋ ਜੀ ਇਹ ਸਾਡੇ ਹਲੇ ਕਹਿੰਦੇ ਨਾ ਪਰਿਵਾਰ ਨੂੰ ਬੱਚੇ ਤੋਂ ਵੱਧ ਕੇ ਇਹਨਾਂ ਨੂੰ ਬੱਚੇ ਸਮਝਦੇ ਆਪਣੇ, ਕਿਉਂ ਇਹਨਾਂ ਨੇ ਮੈਨੂੰ ਨਾਂ ਦਿੱਤਾ ਦੁਨੀਆ 'ਚ ਵੀ ਸਰਵਨ ਸਿੰਘ ਕੌਣ ਆ, ਹੁਣ ਜਲੰਧਰ ਵਾਲੇ ਹਰ ਕੋਈ ਜਾਣਦਾ ਅਤੇ ਹਰ ਬੰਦੇ ਵੀ ਜਾਣਦੇ ਆ, ਹਰ ਚੈਨਲ ਵਾਲੇ ਵੀ ਜਾਣਦੇ ਮੈਨੂੰ ਵੀ ਸਰਵਨ ਸਿੰਘ ਜਲੰਧਰ 'ਚ ਹੈਗਾ ਕੋਈ। ਬਿਲਕੁਲ, ਇਹਦੇ ਨਾਲ ਭਾਰਤ ਦੇ ਨਾਲ ਬਾਹਰ ਦੇ ਕਬੂਤਰ ਵੀ ਹੈ ਨੇ ਆਪਣੇ? ਹਾਂਜੀ ਹਾਂਜੀ ਬਿਲਕੁਲ ਬਾਹਰ ਦੇ ਹੈਗੇ ਜੀ, ਮੈਂ ਦਿਖਾਉਂਦਾ। ਹਾਂਜੀ ਆਹ ਫੜ ਓਏ, ਨਹੀਂ ਕਿਹੜੇ ਮਤਲਬ ਜਿੱਦਾਂ ਇਹਦੇ ਇੱਕ ਤਾਂ ਮਲਵਈ ਹੋ ਗਏ ਅਤੇ ਹੋਰ ਕਿਹੜੇ ਨੇ ਕਬੂਤਰ? ਹੋਰ ਜੀ ਜਿੱਦਾਂ ਬਾਹਰਲੀ ਕੰਟਰੀ ਦੇ ਆ ਉਹ ਤੁਹਾਨੂੰ ਮੈਂ ਦਿਖਾਉਂਦਾ ਕਬੂਤਰ, ਉਹ ਵੀ ਜਿੱਦਾਂ ਸਾਡਾ ਮਾਸਾ ਕਲੀ ਜਿਹੜੀ ਫਿਲਮ ਦੇ ਵਿੱਚ ਕਬੂਤਰ ਸੀਗਾ, ਫਿਲਮ ਆਈ ਸੀਗੀ। ਹਾਂਜੀ ਹਾਂਜੀ, ਉਹ ਲੱਕੇ ਕਬੂਤਰ ਸਾਡੇ ਕੰਮ ਕੀਤੇ ਸੀਗੇ। ਹੁਣ ਆਹ ਜਿਹੜੇ ਆ ਆਹ ਵੀ ਦੇਖੋ ਸਾਡੇ ਆ ਕਬੂਤਰ ਫੇਮਸ ਆ, ਜਿਹੜੇ ਇਹਨਾਂ ਨੂੰ ਕਹਿੰਦੇ ਆ ਵੀ ਮਲਵਈ। ਇਹ ਦੇਖੋ ਇਹ ਹੱਥਾਂ ਦੇ ਇਸ਼ਾਰਿਆਂ 'ਤੇ ਲੱਗਦੇ ਆ। ਆਹ ਦੇਖੋ ਹੁਣ ਮੇਰੇ ਹੱਥ 'ਤੇ ਬੈਠਾ, ਤੁਹਾਡੇ ਸਿਰ 'ਤੇ ਬਹਾਨ ਨਾ ਕਹੋ, ਤਾਂ ਜਿੱਥੇ ਕਹੋਗੇ ਉੱਥੇ ਬੈਠੂੰਗਾ। ਇਹਨਾਂ ਦਾ ਇਹ ਆ, ਇਹ ਜਿੱਦਾਂ ਲਾ ਲਓ ਆਪਣੇ ਬੱਚਿਆਂ ਵਾਂਗੂ ਪਾਲਣੇ ਪੈਂਦੇ ਆ, ਜਿੱਦਾਂ ਬੱਚਾ ਦਿਖਾਇਆ ਤੁਹਾਨੂੰ ਉੱਦਾਂ ਇਹਨਾਂ ਨੂੰ ਪਾਲਿਆ। ਹੁਣ ਇਹਨਾਂ ਨੂੰ ਟ੍ਰੇਨਿੰਗ ਦਿਓ, ਇਹਨਾਂ ਨੂੰ ਜਿੱਦਾਂ ਮਰਜ਼ੀ ਲਾ ਲਓ, ਹੁਣ ਤੁਹਾਡੇ ਸਾਹਮਣੇ ਹੀ ਮੇਰੇ ਹੱਥ 'ਤੇ ਬੈਠਾ, ਸਿਰ 'ਤੇ ਬਾਲਾਂ, ਟੋਪੀ 'ਤੇ ਬਿਠਾ ਲਾਂ, ਇਹਨੇ ਉੱਦਾਂ ਹੀ ਲੱਗ ਜਾਣਾ। ਇਹ ਜਿੱਦਾਂ ਕਹਿੰਦੇ ਟ੍ਰੇਨਿੰਗ ਦਿੱਤੀ ਜਾਂਦੀ ਉੱਦਾਂ ਸਮਝ ਜਾਂਦੇ ਆ। ਅਤੇ ਮੈਂ ਤੁਹਾਨੂੰ ਹੋਰ ਵੀ ਦਿਖਾਉਂਦਾ ਫੈਂਸੀ ਕਬੂਤਰ ਵੀ, ਉਹਦੇ ਵੀ ਦੇਖੋ ਤੁਸੀਂ ਲੱਕੇ ਦਿਖਾਉਂਦਾ ਜਿਹੜੇ ਮਾਸਾ ਗਲੀ ਫਿਲਮ 'ਚ ਗੱਲ ਕਰਦੇ ਕਰਦੇ। ਹਾਂਜੀ ਦਿਖਾ ਦਿਓ। ਇਸ ਦੇ ਨਾਲ ਹੀ ਹੋਰ ਕਿਹੜੇ ਮਤਲਬ ਜਿੱਦਾਂ ਬਾਹਰ ਦੇ ਕਬੂਤਰ ਨੇ ਉਹਨਾਂ ਨੂੰ ਕਿੱਦਾਂ ਫਿਰ ਉਹਨਾਂ ਦੀ ਖੁਰਾਕ ਸੇਮ ਹੀ ਹੁੰਦੀ ਹੈ, ਕੋਈ ਖਾਸ ਹੁੰਦੀ? ਨਹੀਂ ਜੀ, ਬਾਹਰਲੇ ਕਬੂਤਰਾਂ 'ਚ ਥੋੜ੍ਹੀ ਦਾਣੇ ਦਾ ਫਰਕ ਹੁੰਦਾ ਵਾ, ਉਹ ਤੁਹਾਨੂੰ ਦਿਖਾਉਂਦਾ। ਆਹ ਦੇਖੋ ਇਹਨੂੰ ਲੱਕੇ ਕਹਿੰਦੇ ਆ, ਇਹ ਦੇਖੋ ਹੁਣ ਪੂਛੇ ਦੀ, ਇਹਨੂੰ ਲੱਕੇ ਕਹਿੰਦੇ ਆ। ਆਹ ਦੇਖੋ ਹੁਣ ਮੇਰੇ ਹੱਥ 'ਤੇ ਬਹਿ ਗਿਆ, ਇਹ ਦੇਖੋ ਕਈ ਫਿਲਮਾਂ 'ਚ ਕੰਮ ਕੀਤਾ ਅਤੇ ਇਹ ਫਿਲਮਾਂ 'ਚ ਵੀ ਕੰਮ ਕਰਦੇ ਕਬੂਤਰ। ਜਿੱਦਾਂ ਕੋਈ ਪੰਜਾਬੀ ਫਿਲਮ ਆਈ ਆ ਮੇਰੇ ਆਏ ਆ, ਜਿੱਦਾਂ ਐਕਟਰ ਜਾਂ ਕਿਸੇ ਦਾ ਵੀ, ਕਿਸੇ ਸੱਜਣ ਦਾ ਮੇਰਾ ਫੋਨ ਆ ਗਿਆ ਵੀ ਕਬੂਤਰ ਤੂੰ ਦਿਖਾਉਣੇ ਆ ਫਿਲਮ ਦੇ ਵਿੱਚ, ਅਤੇ ਫਿਰ ਉਸ ਵੇਲੇ ਮੈਂ ਕਬੂਤਰ ਦਿਖਾਉਂਦਾ ਵੀ ਹਾਂ ਫਿਲਮ ਦੇ ਵਿੱਚ। ਇਹਨਾਂ ਦੀ ਕਿੰਨੀ ਕੁ ਕੀਮਤ ਹੁੰਦੀ? ਕੀਮਤ ਤਾਂ ਭਾਅ ਜੀ ਤੁਸੀਂ ਪੁੱਛੋ ਹੀ ਨਾ, ਇਸ ਵੇਲੇ ਇਸ ਕਬੂਤਰ ਦੀ ਘੱਟੋ ਘੱਟ ਜੇ ਫਿਲਮ 'ਚ ਸ਼ੂਟ ਲੈਣਾ ਹੋਵੇ ਤਾਂ 80,000-50,000 ਰੁਪਈਆ ਮੰਗ ਲੈਣਾ, ਉੱਦਾਂ ਲੱਖਾਂ ਰੁਪਈਆ ਕੀਮਤ ਆ। ਜਿੱਦਾਂ ਤੁਸੀਂ ਮੇਰੇ ਕਬੂਤਰਾਂ ਦੀ ਕੀਮਤ ਸੁਣ ਲਈ ਆ,
ਵੀ ਦੇਖੋ 16 ਲੱਖ ਲਾ ਕੇ 7 ਕਰੋੜ ਬਣ ਗਈ, ਅਤੇ ਇਹਨਾਂ ਦੀ ਵੀ ਅੱਜ ਕੱਲ੍ਹ ਕੀਮਤਾਂ ਬਹੁਤ ਆ ਲੱਖਾਂ ਦੀਆਂ। ਹੋਰ ਮੈਂ ਫੈਂਸੀ ਦਿਖਾਉਂਦਾ ਤੁਹਾਨੂੰ, ਅਤੇ ਉਹ ਵੀ ਦੇਖੋ ਕਿੰਨੇ ਫੈਂਸੀ ਵਧੀਆ ਕਬੂਤਰ ਆ, ਉਹ ਦੋਨੇ ਫੜ ਜਿਹੜੇ ਥੱਲੇ ਨਾਲ ਹੀ ਹੋਰ ਉਹਨਾਂ ਨੂੰ ਨਕਾਬਪੋਸ਼ ਕਹਿੰਦੇ ਆ। ਉਹਨਾਂ ਦੇ ਜਿਹੜੇ ਧੌਣਾ ਨਾ ਤੁਸੀਂ ਉਹ ਦੇਖਿਓ ਕਿੱਦਾਂ ਦੀਆਂ, ਜਿੱਦਾਂ ਨਾ ਕੁਦਰਤੀ ਬਣਾਈਆਂ ਹੋਈਆਂ, ਉਹ ਧੌਣ ਦੇਖੋਗੇ ਬਿਲਕੁਲ ਉਹਨਾਂ ਨੂੰ ਨਕਾਬਪੋਸ਼ ਕਹਿੰਦੇ ਆ। ਉਹਨਾਂ ਦੀ ਕੀਮਤ ਵੀ ਲੱਖਾਂ ਰੁਪਈਆ ਹੀ ਆ, ਅਤੇ ਅੱਜ ਕੱਲ੍ਹ ਜੋੜਾ ਲੈਣਾ ਹੋਵੇ ਨਕਾਬਪੋਸ਼ਾਂ ਦਾ ਤਾਂ ਮਾੜਾ ਬੰਦਾ ਤਾਂ ਲੈ ਹੀ ਨਹੀਂ ਸਕਦਾ। ਆਹ ਦੇਖੋ ਨਕਾਬਪੋਸ਼, ਇਹਨਾਂ ਦੀ ਖਾਸੀਅਤ ਕੀ ਹੈ? ਇਹ ਜੀ ਨਕਾਬਪੋਸ਼ ਆ, ਇਹ ਬਾਹਰਲੀਆਂ ਬ੍ਰੀਡਾਂ ਇੱਧਰ ਲਿਆਉਣੀਆਂ, ਇੰਡੀਆ ਦੀ ਨਹੀਂ ਕੋਈ ਵਰੀ। ਇੰਡੀਆ 'ਚ ਨਹੀਂ ਮਿਲਦੇ? ਨਹੀਂ ਨਹੀਂ ਜੀ, ਬਾਹਰ ਫੋਰਨ 'ਚ ਕਨੇਡਾ, ਇੰਗਲੈਂਡ, ਅਮੈਰੀਕਾ, UK ਸਾਰੀ ਜਗ੍ਹਾ ਤੋਂ ਇਹ ਮਿਲਦੇ ਆ ਜੀ। ਇਹ ਫੈਂਸੀ ਕਬੂਤਰ, ਇਹਨਾਂ ਨੂੰ ਫੈਂਸੀ ਕਿਹਾ ਜਾਂਦਾ। ਆਹ ਦੇਖੋ ਨਕਾਬਪੋਸ਼ ਕਿਹਾ ਜਾਂਦਾ, ਇਹ ਨਕਾਬਪੋਸ਼ ਆ ਜਿਹੜੇ ਫੋਰਨ 'ਚ ਜ਼ਿਆਦਾ ਪੈਦਾ ਹੁੰਦੇ ਆ, ਅਤੇ ਅਸੀਂ ਇਸ ਲੋਕ ਕਹਿੰਦੇ ਕਿੱਦਾਂ ਲਿਆਉਂਦੇ ਹਾਂ, ਅਸੀਂ ਚਲੋ ਸਾਡੇ ਟੂਰ ਲੱਗਦੇ ਰਹਿੰਦੇ ਬਾਹਰ, ਅਸੀਂ ਤਾਂ ਕਬੂਤਰ ਲਿਆਉਂਦੇ ਰਹਿੰਦੇ, ਸਾਨੂੰ ਸ਼ੌਂਕ ਆ ਇਹ ਕਬੂਤਰਾਂ ਦਾ, ਕਿਉਂ ਇਹ ਕਿਉਂ ਸਾਡੇ ਕੋਲ ਬਰੀਡ, ਇਹ ਵੀ ਅਸੀਂ ਕਹਿੰਦੇ ਸਾਡੇ ਕੋਲ ਆ ਜਾਏ, ਅਤੇ ਬਰੀਡ ਸ਼ੋਅ 'ਚ ਅਸੀਂ ਇਹਨੂੰ ਲੈ ਕੇ ਜਾਂਦੇ ਹਾਂ। ਕੱਲ੍ਹ ਇਹ ਫਸਟ ਆਇਆ ਕਬੂਤਰ, ਇਹ ਵੀ ਦੱਸਦਾ ਨਕਾਬਪੋਸ਼, ਅਤੇ ਇਹਦੇ ਵਿੱਚ ਵੀ ਅਸੀਂ ਪ੍ਰਾਈਜ਼ ਫਸਟ ਦਿੱਤਿਆ। ਇਹ ਤੁਸੀਂ ਹਰ ਸਾਲ ਕਰਵਾਉਂਦੇ ਹੋ ਕੰਪੀਟੀਸ਼ਨ ਕਬੂਤਰਾਂ ਦਾ? ਹਰ ਸਾਲ ਕਰਾਉਂਦੇ ਜੀ, ਕੋਈ ਐਸਾ ਸਾਲ ਹੀ ਨਹੀਂ ਕਰਵਾਇਆ, 56 ਸਾਲ ਹੋ ਗਏ ਆ। ਦੇਖੋ ਬੰਦੇ ਦੀ ਅੱਧੀ ਲਾਈਫ ਨਿਕਲ ਜਾਂਦੀ ਹੈ, ਅਤੇ ਮੇਰੀ ਲਾਈਫ ਸਾਰੀ ਨਿਕਲ ਹੀ ਗਈ ਹੈ, ਸਮਝ ਲਓ ਥੋੜ੍ਹੇ 55 ਸਾਲ ਮੇਰੀ ਇਸ ਵੇਲੇ ਉਮਰ ਆ। ਅਤੇ ਜਿੱਦਾਂ ਸਾਡੇ ਇਹ ਸੰਸਥਾ ਸੀ ਸਾਡੇ ਸਰਦਾਰ ਕਰਮ ਸਿੰਘ ਨੇ ਬਣਾਈ ਫਿਰੋਜ਼ਪੁਰੋਂ, ਅਤੇ ਉਹ ਮੈਨੂੰ ਡੋਪ ਕਰ ਲਈ ਸੀ ਮੈਂ, ਜਿੱਦਾਂ ਉਹਨਾਂ 10 ਸਾਲ ਪਹਿਲਾਂ ਕਰਾਇਆ ਸੀ, ਅਤੇ ਫਿਰ ਉਸ ਤੋਂ ਬਾਅਦ ਡੋਪ ਮੈਂ ਕਰ ਲਈ ਸੀ। ਫਿਰ ਉਦੋਂ ਦੀ ਸੰਸਥਾ ਮੇਰੇ ਨਾਂ 'ਤੇ ਚੱਲਦੀ ਪਈ ਆ, ਪਹਿਲਾਂ ਸਰਦਾਰ ਕਰਮ ਸਿੰਘ ਦੇ ਨਾਂ 'ਤੇ ਹੀ ਫਿਰੋਜ਼ਪੁਰੋਂ, ਅਤੇ ਹੁਣ ਮੇਰੇ ਨਾਂ 'ਤੇ ਹੈ। ਅਤੇ ਇਹ ਸੰਸਥਾ ਜਦੋਂ ਦੀ ਬਣੀ ਆ, ਅਤੇ ਮੈਂ ਬੜੀਆਂ ਬੁਲੰਦੀਆਂ ਛੂਹੀਆਂ, ਬੜੇ ਨਾਮ ਜਿੱਤੇ ਆ, ਅਤੇ ਇੱਜ਼ਤ ਮਾਣ ਬਹੁਤ ਮਿਲਿਆ ਜੀ। ਬਿਲਕੁਲ, ਇੱਕ ਕਬੂਤਰ ਤੁਹਾਡਾ ਲੰਬੂ ਨਾਮ ਦਾ ਬਹੁਤ ਮਸ਼ਹੂਰ ਹੈ। ਹਾਂਜੀ ਹਾਂਜੀ, ਉਹ ਵੀ ਦਿਖਾਉਂਦੇ ਤੁਹਾਨੂੰ ਉਹਨੂੰ। ਉਹਦੀ ਕੀ ਖਾਸੀਅਤ ਹੈ? ਉਹਦੀ ਜੀ, ਮੈਂ ਹੁਣ ਉਹ ਗੋਰਿਆਂ ਵਾਲੀ ਗੱਲ ਦੱਸਦਾ ਤੁਹਾਨੂੰ, ਤੁਸੀਂ ਪੁੱਛ ਹੀ ਲਈਏ ਖਾਸੀਅਤ। ਉਹ ਪਹਿਲਾਂ ਨਾ ਜਦੋਂ ਆਪਣੇ ਅੰਗਰੇਜ਼ ਹੁੰਦੇ ਸੀ ਨਾ, ਉਹ ਨਦੀ ਕਿਨਾਰੇ ਨਹਾਉਣ ਚਲੇ ਜਾਂਦੇ ਸੀਗੇ, ਅਤੇ ਉਹ ਜਾ ਕੇ ਉਦੋਂ ਉੱਥੇ ਬਹਿੰਦੇ ਸੀਗੇ, ਅਤੇ ਉਦੋਂ ਕਬੂਤਰ ਉਹ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਹਾਂ, ਅਤੇ ਉਹ ਕਬੂਤਰ ਸੋਨਾ ਚੋਰੀ ਕਰਦਾ ਸੀ। ਉਹ ਸੋਨਾ ਕਿੱਦਾਂ ਚੋਰੀ ਕਰਦਾ ਸੀ? ਇਹ ਕਬੂਤਰ ਉਹ ਆ ਜੀ, ਇਹ ਸੋਨਾ ਚੋਰ ਆ, ਇਹਨਾਂ ਨੂੰ ਸੋਨਾ ਚੋਰ ਕਿਹਾ ਗਿਆ। ਇਹ ਸੋਨਾ ਚੋਰ ਕਬੂਤਰ ਆ। ਇਹ ਕਿੱਦਾਂ ਸੋਨਾ ਚੋਰ ਕਰਦਾ ਸੀ? ਇਹ ਉੱਥੇ ਗੋਰੇ ਆਪਣੀਆਂ ਚੈਨੀਆਂ ਚੂਨੀਆਂ ਲਾ ਕੇ ਰੱਖ ਲੈਂਦੇ ਸੋਨੇ ਦੀਆਂ, ਅਤੇ ਇਹਨੇ ਮੂੰਹ 'ਚ ਆਪਣੇ ਪਸਾਣੀ ਆਪਣੇ ਪਿੰਜਰੇ ਆਪਣੇ ਆਲਣੇ 'ਚ ਲੈ ਜਾਣੀ, ਜਿੱਦਾਂ ਆਲਣੇ ਹੁੰਦੇ ਸੀਗੇ, ਜਿੱਦਾਂ ਬਣੇ ਹੁੰਦੇ ਸੀ ਦਰਖਤਾਂ ਉੱਤੇ, ਉਦੋਂ ਕਬੂਤਰਾਂ ਦੇ ਉਦੋਂ ਇੰਨਾ ਸ਼ੌਂਕ ਨਹੀਂ ਹੁੰਦਾ ਸੀ, ਇਹਨਾਂ ਦਾ ਉਦੋਂ ਕਬੂਤਰਾਂ ਦਾ ਚੋਰ ਨਾਂ ਪਿਆ ਸੀ ਵੀ ਉਦੋਂ ਦੀ ਇਹ ਬਰੀਡ ਮੇਰੀ ਮਸ਼ਹੂਰ ਹੋਈ ਆ। ਇਹ ਲੰਬੂ ਕਹਿੰਦੇ ਇਹਨੂੰ ਅਸੀਂ, ਉੱਦਾਂ ਇਹ ਕਬੂਤਰ ਕਾਫੀ ਫੇਮਸ ਆ, ਤੁਸੀਂ ਬਾਹਰਲੀਆਂ ਕੰਟਰੀਆਂ ਜ਼ਿਆਦਾ ਇਹੀ ਦਿਖਦੇ ਆ। ਇੱਥੇ ਭਾਰਤ 'ਚ ਹੋਰ ਵੀ ਹੈਗੇ ਤੁਹਾਡੇ ਸੁਭਾਅ ਕਿਸੇ? ਨਹੀਂ, ਇਹ ਅੱਜ ਕੱਲ੍ਹ ਬਹੁਤ ਆ ਗਿਆ ਹੋਇਆ ਭਾਰਤ 'ਚ, ਬਹੁਤ ਲੋਕਾਂ ਨੇ ਲਿਆਉਂਦੇ ਆ, ਬਹੁਤ ਕਬੂਤਰ ਆ ਗਏ ਹੋਏ ਆ। ਇਹ ਹੁਣ ਸਮਝੋ ਨਹੀਂ ਮੇਰੇ ਕੋਈ ਆ ਇਕੱਲੇ, ਮੇਰੇ ਕੋਲ ਹੈਗੇ ਗ੍ਰੀਨ ਅੱਖਾਂ ਵਾਲੇ ਇਕੱਲੇ, ਉਹ ਨਹੀਂ ਕਿਸੇ ਕੋਲ ਹੈਗੇ, ਉਹ ਮੇਰਾ ਚੈਲੰਜ ਆ, ਉਹ ਜਿਨ੍ਹਾਂ 'ਤੇ ਮੇਰੇ ਕੋਈ ਨਸਲ ਆ ਉਹ ਰਹੂੰਗੀ ਮੇਰੇ ਕੋਲ। ਬਿਲਕੁਲ, ਇਸ ਦੇ ਨਾਲ ਹੀ ਦੱਸਿਆ ਜਾਂਦਾ ਕਿ ਉਹ ਕਬੂਤਰ ਦੀ ਖਾਸ ਇੱਕ ਖੁਰਾਕ ਵੀ ਹੁੰਦੀ ਹੋਏਗੀ। ਹਾਂਜੀ ਹਾਂਜੀ ਹਾਂਜੀ, ਖੁਰਾਕ ਦੇਖੋ ਜਿਹੜੇ ਆਪਣੇ ਤੁਸੀਂ ਖੁਰਾਕ ਬਾਰੇ ਪੁੱਛਿਆ, ਹੁਣ ਖੁਰਾਕ ਆ ਜੀ ਜਿਹੜੀ ਆਪਣੀ, ਮੈਂ ਆਪਣੀ ਉਹ ਖੁਰਾਕ ਜਿੱਦਾਂ ਮਲਵਈ ਕਬੂਤਰਾਂ ਨੂੰ ਵੱਖਰੀ ਆ, ਦੇਸੀਆਂ ਨੂੰ ਹਾਈ ਫਲੈਰ ਨੂੰ ਵੱਖਰੀ ਆ, ਅਤੇ ਹੁਣ ਤੁਹਾਨੂੰ ਮਲਵਈਆਂ ਬਾਰੇ ਦੱਸਾਂ ਖੁਰਾਕ। ਮਲਵਈਆਂ ਦੀ ਖੁਰਾਕ ਬਹੁਤ ਵਧੀਆ ਵਾ, ਉਹਦੇ ਵਿੱਚ ਦੇਖੋ ਅਸੀਂ ਘੱਟੋ ਘੱਟ ਨਹੀਂ, ਜਦੋਂ ਮੁਕਾਬਲੇ ਚੱਲਦੇ ਸਾਡੇ ਮਲਵਈਆਂ ਦੇ, ਉਦੋਂ ਸਾਡੀ ਗਿਰੀ ਘੱਟ ਤੋਂ ਘੱਟ 10 ਕਿਲੋ 20 ਕਿਲੋ ਗਿਰੀ ਘਰ ਲੱਗ ਜਾਂਦੀ ਹੈ, ਅਤੇ ਲੋਕਾਂ ਦੇ ਘਰਾਂ 'ਚ ਗਿਰੀਆਂ ਨਹੀਂ ਮਿਲਦੀਆਂ, ਅਤੇ ਸਾਡੇ ਘਰਾਂ 'ਚ ਆਮ ਗਿਰੀਆਂ ਮਿਲਦੀਆਂ ਉਦੋਂ।
ਕਿਉਂ ਵੀ ਅਸੀਂ ਗਿਰੀਆਂ ਪਾਣੀਆਂ ਬਹੁਤ ਹੁੰਦੀਆਂ, ਕਬੂਤਰ ਨੂੰ ਗਿਰੀ ਪਹਿਲਾਂ ਰਾਤ ਨੂੰ ਭੇਣੀ ਆ, ਫਿਰ ਉਸ ਤੋਂ ਬਾਅਦ ਗਿਰੀਆਂ ਅਸੀਂ ਕੁਤਰ ਲੈਂਦੇ ਹਾਂ, ਬਰੀਕ ਕਰ ਲੈਂਦੇ ਹਾਂ ਮਸ਼ੀਨ 'ਚ ਪਾ ਕੇ, ਅਤੇ ਉਹ ਅਸੀਂ ਕਬੂਤਰਾਂ ਨੂੰ ਗਿਰੀਆਂ ਖਵਾਉਂਦੇ ਹਾਂ, ਫਿਰ ਇਹਨਾਂ ਦੀ ਸ਼ਰਦਾਈ ਬਣਾਉਂਦੇ ਹਾਂ ਗਿਰੀਆਂ ਦੀ, ਅਤੇ ਜਿੱਦਾਂ ਮਗਜ਼ ਪਾਉਂਦੇ ਚਾਰੇ, ਜਿੱਦਾਂ ਹਰ ਚੀਜ਼ ਪਾਉਂਦੇ ਜਿਹੜੀ ਇਹ 'ਚ ਪੈਂਦੀ ਹੈ, ਉਹ ਗਿਰੀਆਂ ਸ਼ਰਦਾਈ ਪਿਆ ਕੇ ਅਸੀਂ ਇਹਨਾਂ ਨੂੰ ਦਿੰਦੇ ਹਾਂ ਨਲਪੀਆਂ ਭਰ ਕੇ, ਅਤੇ ਕਬੂਤਰ ਤਾਕਤ ਜ਼ਿਆਦਾ ਆ ਜਾਏ, ਜਿੱਦਾਂ ਕਬੂਤਰ ਮੁਕਾਬਲੇ 'ਚ ਆਪਣਾ ਜ਼ਿਆਦਾ ਉੱਡਿਆ ਉਡਾਨ, ਅਤੇ ਉਹਦੇ ਵਿੱਚ ਨੁਕਤੇਬਾਜ਼ੀ ਵੀ ਹੁੰਦੀ ਹੈ ਸਾਡੀ, ਜਿੱਦਾਂ ਨੁਕਤਾ ਦੇਖੋ ਮੇਨ ਆ ਸਾਡੀ ਕਸਤੂਰੀ ਅਤੇ ਮਸਕੰਬਰ, ਸੋਚੇ ਮੋਤੀ, ਕੇਸਰ, ਛੋਟੀਆਂ ਇਲਾਚੀਆਂ, ਹੋਰ ਚੀਜ਼ਾਂ ਵੀ ਬਹੁਤ ਆ ਜੀ, ਮੈਂ ਸਾਰੀਆਂ ਨਹੀਂ ਕਲੀਅਰ ਦੱਸ ਰਿਹਾ। ਰੂਟੀਨ 'ਚ ਦਿੰਦੇ ਕਿ ਮੁਕਾਬਲਿਆਂ ਦੌਰਾਨ ਹੀ ਦਿੰਦੇ? ਨਹੀਂ ਭਾਅ ਜੀ, ਇਹ ਮੁਕਾਬਲਿਆਂ ਟਾਈਮ, ਇਹ ਰੂਟੀਨ 'ਚ ਨਹੀਂ ਦਿੰਦੇ, ਜਦੋਂ ਸਾਡੇ ਮੁਕਾਬਲੇ ਮਈ ਜੂਨ ਜੁਲਾਈ 'ਚ ਹੁੰਦੇ ਆ, ਜਦੋਂ 45 ਡਿਗਰੀ ਗਰਮੀ ਪੈਣੀ ਹੈ, ਉੱਦਾਂ ਨਹੀਂ ਅਸੀਂ ਦਿੰਦੇ, ਉੱਦਾਂ 40 ਡਿਗਰੀ ਤੋਂ ਸ਼ੁਰੂ ਹੋ ਜਾਂਦੇ ਮੁਕਾਬਲੇ, ਫਿਰ 40 ਤੋਂ ਲੈ ਕੇ 45, 46, 47 ਡਿਗਰੀ ਤੱਕ ਜਾਂਦੇ ਆ, ਜਿੱਦਾਂ ਕਈ ਇਲਾਕਿਆਂ 'ਚ ਗਰਮੀ ਬਹੁਤ ਪੈਂਦੀ ਹੈ, ਮਾਲਵੇ 'ਚ ਜਾਂਦੇ ਬਹੁਤ ਗਰਮੀ ਹੁੰਦੀ ਆ, ਅਸੀਂ ਆਪ ਦਰਖਤਾਂ ਥੱਲੇ ਬੈਠੀ ਦਾ, ਅਤੇ ਉਦੋਂ ਅਸੀਂ ਕਬੂਤਰਾਂ ਨੂੰ ਚੰਗੀ ਖੁਰਾਕ ਦੇਈਦੀ ਆ ਅਤੇ ਚੰਗੀ ਨੁਕਤੇਬਾਜ਼ੀ ਕਰਦੇ ਹਾਂ, ਪਰ ਅਸੀਂ ਦੇਸੀ ਇਲਾਜ ਹੀ ਕਰਦੇ ਹਾਂ, ਅਸੀਂ ਦੂਜਾ ਇਲਾਜ ਬਿਲਕੁਲ ਭਾਅ ਜੀ ਨਹੀਂ ਕਰਦੇ, ਜਿੱਦਾਂ ਨਸ਼ਿਆਂ ਦੇ ਕਬੂਤਰ। ਬਿਲਕੁਲ ਸਰਵਨ ਸਿੰਘ ਜੀ, ਇੱਦਾਂ ਹੁੰਦਾ ਕਿ ਕਈ ਵਾਰ ਨਾ ਮੁਕਾਬਲਿਆਂ ਦੌਰਾਨ ਦੇਖਣ 'ਚੋਂ ਆਉਂਦਾ ਕਿ ਕਬੂਤਰਾਂ ਨੂੰ ਨਾ ਜਿਹੜੇ ਹੁੰਦੇ ਆ ਜਿਹੜੇ ਲੈਂਦੇ ਆ ਭਾਗ, ਉਹ ਨਸ਼ਾ ਵੀ ਦੇ ਦਿੰਦੇ ਆ, ਜਿਸ ਨਾਲ ਕਬੂਤਰ ਦੀ ਕਈ ਵਾਰੀ ਜਾਨ ਵੀ ਚਲੀ ਜਾਂਦੀ। ਬਿਲਕੁਲ, ਤੁਸੀਂ ਇਹ ਸਵਾਲ ਬਹੁਤ ਵਧੀਆ ਪੁੱਛਿਆ ਵੀਰੇ ਮੈਨੂੰ, ਜਿੱਦਾਂ ਉਸ ਵੇਲੇ ਆਪਾਂ ਨਸ਼ਾ ਦੇ ਕੇ ਬਹੁਤ ਉਡਾਉਂਦੇ ਕਬੂਤਰ ਨੂੰ, ਉਹਦਾ ਹਾਰਟ ਫੇਲ ਵੀ ਹੋ ਜਾਂਦਾ, ਉਹਦੇ ਖੂਨ ਵੀ ਮੂੰਹ 'ਚ ਨਿਕਲ ਆ ਜਾਂਦਾ, ਕਬੂਤਰ ਡਿੱਗ ਕੇ ਪਾਣੀ ਦੇ ਛੱਪੜ 'ਤੇ ਜਾ ਡਿੱਗਦਾ, ਜਿੱਦਾਂ ਦਰਖਤਾਂ 'ਚ ਜਾ ਕੇ ਫਸ ਜਾਂਦਾ, ਉਹ ਕਬੂਤਰ ਦੀ ਜਾਨ ਚਲੀ ਜਾਂਦੀ ਹੈ। ਪਰ ਹਰ ਕਬੂਤਰ ਖਿਡਾਰੀ ਨੂੰ ਕਹਿੰਦਾ, ਪਰ ਕਬੂਤਰ ਨਾ ਕਰੋ ਨਜਾਇਜ਼, ਇਹ ਪੰਛੀ ਨੇ ਮੂੰਹ ਨਹੀਂ ਬੋਲਣਾ, ਇਹਦੇ ਨਾਲ ਬਿਲਕੁਲ ਇਨਸਾਫ ਕਰੋ। ਦੇਖੋ ਮੈਂ ਨੁਕਤਾ ਤੁਹਾਨੂੰ ਦੱਸ ਰਿਹਾ, ਜਿੱਦਾਂ ਮੈਂ ਦੱਸੀ ਤੁਹਾਨੂੰ ਕਸਤੂਰੀ, ਜਿੱਦਾਂ ਮਸਕੰਬਰ, ਜਿੱਦਾਂ ਸੁੱਚੇ ਮੋਤੀ, ਛੋਟੀਆਂ ਇਲਾਚੀਆਂ, ਜਿੱਦਾਂ ਕੇਸਰ, ਇਹ ਚੀਜ਼ਾਂ ਦੇ ਨੁਕਤੇ ਬਣਾਓ, ਰੀਜਨਲ ਬਣਾਓ, ਅਤੇ ਰੀਜਨਲ ਕਬੂਤਰ ਤੁਸੀਂ ਲੋਕਾਂ ਨੂੰ ਉਡਾ ਕੇ ਦਿਖਾਓ, ਜਿੱਦਾਂ ਮੈਂ ਦੁਨੀਆ 'ਚ ਨਾ ਕਮਾਇਆ, ਅਤੇ ਤੁਸੀਂ ਵੀ ਹਰ ਵੇਲੇ ਆਪਣੇ ਹਰ ਖਿਡਾਰੀ ਕਮਾਓ। ਬਿਲਕੁਲ, ਇਹਦੇ ਨਾਲ ਹੀ ਲੋਕ ਨਹੀਂ ਕਹਿੰਦੇ ਕਿ ਹਾਂ ਵੀ ਤੁਹਾਡੇ ਕਬੂਤਰ ਤੁਸੀਂ ਰੱਖੇ ਨੇ ਤੰਗ ਹੋ ਰਿਹਾ ਸੀ? ਬਿਲਕੁਲ ਜੀ, ਆਸ ਪਾਸ ਬਿਲਕੁਲ ਜੀ, ਤੁਸੀਂ ਇਹ ਵੀ ਗੱਲ ਬਹੁਤ ਵਧੀਆ ਬੀਜੀ ਆ, ਮੇਰੇ ਲਾਗੇ ਜਿੰਨੇ ਕਿਸੇ ਘਰਾਂ ਦੇ ਲਾਗੇ ਵਾਲੇ ਰਹਿੰਦੇ ਆ ਨਾ, ਉਹਨਾਂ ਦੇ ਬੱਚਿਆਂ ਨੂੰ ਵੀ ਸ਼ੌਂਕ ਪੈ ਗਿਆ, ਕਿਉਂ ਵੀ ਕੋਈ ਤੰਗ ਨਹੀਂ ਹੁੰਦਾ, ਕੋਈ ਕਿਸੇ ਲੋਕਾਂ ਦੀ ਸੋਚ ਨਹੀਂ ਗਲਤ ਆ, ਇਹ ਆਪਾਂ ਨੂੰ ਪਿਆਰ ਦਿੰਦੇ ਆ, ਸ਼ਾਂਤੀ ਦੇ ਪ੍ਰਤੀਕ ਆ। ਦੇਖੋ ਇਹਨਾਂ ਨੂੰ ਆਪਾਂ ਦਾਣਾ ਪਾਉਂਦੇ ਹਾਂ, ਦੇਖੋ ਇਹਦੇ ਵਿੱਚ ਕੀੜੀਆਂ ਵੀ ਚੁੱਕਦੀਆਂ, ਕੀੜੇ ਮਕੌੜੇ ਵੀ ਚੁੱਕਦੇ, ਅਤੇ ਉੱਦਾਂ ਤੁਹਾਨੂੰ ਜੇ ਪੰਡਿਤ ਕਹਿੰਦੇ ਨਾ, ਅਤੇ ਦਾਣਾ ਪਾਏ ਜਾ ਕੇ ਚਿੜੀਆਂ ਨੂੰ ਕਬੂਤਰਾਂ ਨੂੰ, ਉਦੋਂ ਤੁਸੀਂ ਮੰਨ ਜਾਂਦੇ ਹੈ ਨਾ, ਜਿਹੜੇ ਵਹਿਮੀ ਲੋਕ ਆ, ਪਰ ਮੈਂ ਨਹੀਂ ਵਹਿਮ ਮੰਨਦਾ। ਉਦੋਂ ਕਹਿੰਦੇ ਜੀ ਉਹ ਮੱਛੀਆਂ ਨੂੰ ਜਾ ਕੇ ਗੋਲੀਆਂ ਵੱਟ ਕੇ ਪਾਓ ਪਾਣੀ 'ਚ, ਉਦੋਂ ਕਹਿੰਦੇ ਹੀ ਹੈ ਨਾ, ਉਹ ਨਹੀਂ, ਇਹ ਸੋਚਣੀ ਗਲਤ ਹੋਈ ਆ ਲੋਕਾਂ ਦੀ, ਇਹ ਸੋਚਣੀ ਬਿਲਕੁਲ ਸਹੀ ਆ, ਕਬੂਤਰ ਰੱਖੋ ਸ਼ਾਂਤੀ ਮੰਗਦਾ। ਸਮਝ ਜੀ, ਹੋਰ ਪਰਿਵਾਰ 'ਚ ਕੌਣ ਕੌਣ ਹੈ? ਬੱਚਾ ਵੀ ਨਾਲ ਕਰਦਾ ਕਬੂਤਰ ਨਾਲ, ਸ਼ੌਂਕ ਹੈ ਉਹਨੂੰ ਵੀ? ਲਓ ਜੀ, ਇਹ ਪਰਿਵਾਰ ਬਾਰੇ ਤੁਸੀਂ ਮੇਰੇ ਗੱਲ ਪੁੱਛੀ ਆ, ਮੇਰੀ ਇੱਕ ਬੇਟੀ ਸੀਗੀ ਅਤੇ ਇੱਕ ਮੇਰਾ ਬੇਟਾ ਸੀ, ਦੋ ਬੱਚੇ ਸੀ ਮੇਰੇ। ਮੇਰੀ ਬੇਟੀ ਨੂੰ ਬਹੁਤ ਸ਼ੌਂਕ ਸੀ, ਮੇਰੀ ਯੂਟਿਊਬ 'ਤੇ 500 ਵੀਡੀਓ ਚੱਲਦੀ ਪਈ ਆ, ਸਾਰੀ ਉਹਨੇ ਬਣਾਈ ਹੋਈ ਆ, ਉਹ ਪਰ ਦੁਨੀਆ 'ਚ ਨਹੀਂ ਰਹੀ ਇਸ ਵੇਲੇ, ਮੈਨੂੰ ਉਹਦਾ ਧੱਕਾ ਲੱਗਾ ਬਹੁਤ ਜ਼ਿਆਦਾ। ਹੁਣ ਬੇਟੇ ਨੂੰ ਵੀ ਸ਼ੌਂਕ ਆ ਗਾ, ਅਤੇ ਬੇਟਾ ਵੀ ਹੁਣ ਹਿੱਸਾ ਲਿੱਤਾ ਉਹਨੇ, ਅਤੇ ਇੱਕ ਰੰਗ ਦੇ 4 ਜੋੜੇ ਦਿਖਾ ਕੇ, ਅਤੇ ਉਹਨੇ ਫਸਟ ਪ੍ਰਾਈਜ਼ ਜਿੱਤਿਆ ਜਿਹੜੀ ਕੱਲ੍ਹ ਪ੍ਰਤੀਯੋਗਿਤਾ ਹੋਈ। ਹਾਂਜੀ ਹਾਂਜੀ, ਕੱਲ੍ਹ ਜਿਹੜੀ ਪ੍ਰਤੀਯੋਗਿਤਾ ਹੋਈ ਆ 1 ਤਰੀਕ ਨੂੰ, ਉਹਦੇ ਵਿੱਚ ਮੇਰੇ ਬੇਟੇ ਨੇ ਹਿੱਸਾ ਲਿੱਤਾ, ਪਰ ਮੈਂ ਨਹੀਂ ਹੁਣ ਹਿੱਸਾ ਲੈਂਦਾ, ਮੈਂ ਤਾਂ ਹਾਈ ਲੈਵਲ 'ਤੇ ਹਿੱਸੇ ਲੈਂਦਾ ਵਾਂ, ਜੋ ਹਾਈ ਲੈਵਲ ਦੇ ਟੂਰਨਾਮੈਂਟ ਹੁੰਦਾ ਉਹਨਾਂ ਦੇ ਵਿੱਚ ਐਂਟਰੀ ਕਰਾਉਂਦਾ, ਮੈਂ ਪੰਜਾਬ ਲੈਵਲ 'ਤੇ ਨਹੀਂ ਹੁਣ ਹਿੱਸੇ ਲੈਂਦਾ। ਅੱਗੇ ਕੋਈ ਲੈ ਰਹੇ ਹੋ ਟੂਰਨਾਮੈਂਟ 'ਚ? ਹਾਂਜੀ ਹਾਂਜੀ, ਜਦੋਂ ਮੈਨੂੰ ਇੰਡੀਆ ਲੈਵਲ 'ਤੇ ਹੋਣਗੇ ਤਾਂ ਮੈਂ ਉਹ 'ਚ ਜ਼ਰੂਰ ਲਊਂਗਾ, ਜਿੱਦਾਂ ਹੁਣ ਸਾਡਾ ਆਪਣਾ ਵੈਸਟ ਬੰਗਾਲ 'ਚ ਹੋ ਰਿਹਾ ਇੰਡੀਆ ਦਾ ਟੂਰਨਾਮੈਂਟ, ਅਤੇ ਸ਼ਾਇਦ ਮੈਂ ਉੱਥੇ ਹਿੱਸਾ ਆਪਣੇ ਕਬੂਤਰ ਭੇਜਾਂ, ਅਤੇ ਇੰਡੀਆ ਲੈਵਲ 'ਤੇ ਮੈਂ ਜ਼ਰੂਰ ਲਊਂਗਾ।
ਬਹੁਤ ਬਹੁਤ ਧੰਨਵਾਦ ਸਰਵਨ ਸਿੰਘ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਸਰਵਨ ਸਿੰਘ ਹੋਣੀ, ਜਿਨ੍ਹਾਂ ਨੇ ਇੱਦਾਂ ਦਾ ਸ਼ੌਂਕ ਹੈ ਕਿ ਸ਼ੌਂਕ ਨਹੀਂ ਕਹਾਂਗੇ, ਜਨੂੰਨ ਹੈ ਉਹਨਾਂ ਦਾ ਕਬੂਤਰ ਰੱਖਣ ਦਾ, ਜਿਸ ਨੂੰ ਉਹ ਬਖੂਬੀ ਨਿਭਾ ਰਹੇ ਨੇ, ਇਸ ਨਾਲ ਹੀ ਕਬੂਤਰਾਂ ਦੀ ਸੇਵਾ ਵੀ ਕਰ ਰਹੇ ਨੇ। ਅਤੇ ਇਸ ਦੇ ਨਾਲ ਹੀ ਪੰਜਾਬੀ ਜਿਹੜੇ ਨੇ, ਕਈਆਂ ਨੂੰ ਸੁਣੀ ਹੋਏਗੀ ਤੁਸੀਂ ਕਹਾਵਤ ਕਿ ਪੰਜਾਬੀਆਂ ਦੇ ਸ਼ੌਂਕ ਅਵੱਲੇ, ਇੱਦਾਂ ਦਾ ਹੀ ਸ਼ੌਂਕ ਸਰਵਨ ਸਿੰਘ ਉਹਨਾਂ ਦਾ ਹੈ। ਕੈਮਰਾ ਪਰਸਨ ਅਮਨ ਦੇ ਨਾਲ ਵਿਸ਼ਵਾਸ ਸੰਧਲ, ਡੇਲੀ ਪੋਸਟ ਪੰਜਾਬੀ, ਜਲੰਧਰ। 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK, ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ, ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ, ਜਾਂ ਸਾਨੂੰ ਕਾਲ ਕਰੋ 98156-0885 'ਤੇ।